ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਖਿੜੀ ਫਲਵਾੜੀ, ਅੰਮ੍ਰਿਤ ਕਿਆਰੀ, ਸਰਵ ਸ਼ਕਤੀਵਾਨ, ਨਿਰਵਿਕਾਰ ਸ਼ਾਂਤ ਆਤਮਾ, ਗਰੀਬਾਂ ਅਤੇ ਦੁਖੀਆਂ ਦੀ ਹਮ ਗੁਰੂ ਪਿਆਰੀ ਸਾਧ ਸੰਗਤ, ਗਰੀਬਾਂ ਅਤੇ ਦੁਖੀਆਂ ਦੀ ਹਾਮੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਦੇਵ ਨੇ ਬੜੀ ਕਿਰਪਾ ਕੀਤੀ ਹੈ ਜੋ ਪਰਸੋਂ ਤੋਂ ਲੈ ਕੇ ਗੁਰਮੁਖ ਪਰਿਵਾਰ ਨੇ ਅਰਦਾਸ ਕੀਤੀ ਹੋਈ ਸੀ ਪਹਿਲੇ ਜਨਮ 'ਤੇ ਬੱਚੇ ਦੇ ਸ਼੍ਰੀ ਅਖੰਡ ਪਾਠ ਸਾਹਿਬ ਰੁਕਵਾ ਕੇ ਸੰਗਤ ਇਕੱਠੀ ਕਰਾਂਗੇ, ਦਾਨ ਪੁੰਨ ਕਰਾਂਗੇ। ਉਹ ਸਮਾਂ ਆ ਗਿਆ ਕਿਉਂਕਿ ਪਰਸੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ, ਅੱਜ ਭੋਗ ਪਿਆ। ਗੁਰੂ ਘਰ 'ਚ ਬਰਕਤਾਂ, ਮਾਤਾ ਸੁਲੱਖਣੀ ਜੀ ਬਹੁਤ ਥਾਵਾਂ 'ਤੇ ਗਏ ਅਤੇ ਉਹਨਾਂ ਨੂੰ ਕਿਤੇ ਖੈਰ ਨਾ ਪਿਆ ਅਤੇ ਮਹਾਰਾਜ ਕੋਫੇ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ, ਛੇਵੀਂ ਪਾਤਸ਼ਾਹੀ, ਜਿਨ੍ਹਾਂ ਦਾ ਜਨਮ ਬਾਬਾ ਬੁੱਢਾ ਸਾਹਿਬ ਦੇ ਵਾਰ ਨਾਲ ਹੋਇਆ ਸੀ। ਮਾਤਾ, ਤੇਰੇ ਘਰ ਇਹੋ ਜਿਹਾ ਸਾਹਿਬਜ਼ਾਦਾ ਹੋਵੇਗਾ ਜਿਹੜਾ ਜ਼ੁਲਮ ਦਾ ਨਾਸ਼ ਕਰ ਦੇਵੇਗਾ, ਧਰਮ ਦਾ ਪ੍ਰਕਾਸ਼ ਕਰ ਦੇਵੇਗਾ, ਬਾਬਾ ਬੁੱਢਾ ਜੀ ਨੇ ਕਿਹਾ। ਅਤੇ ਉਹਨਾਂ ਬੜੇ ਥਾਵਾਂ 'ਤੇ ਗਈ ਮਾਤਾ ਸੁਲੱਖਣੀ, ਜਿਹਦਾ ਚੱਬਾ ਪਿੰਡ ਸੀ, ਅਤੇ ਉਹ ਫਿਰ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਵੀ ਆਈ। ਉਹਨੂੰ ਕਿਸੇ ਨੇ ਦੱਸਿਆ ਗੁਰੂ ਨਾਨਕ ਦਾ ਘਰ ਜਿਹੜਾ ਉੱਥੇ ਬੜਾ ਕੁਛ ਆ, ਤੂੰ ਮਹਾਰਾਜ ਨੂੰ ਬੇਨਤੀ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਮਹਾਰਾਜ ਨੂੰ ਕਹੋ। ਉਹਨੇ ਜਾ ਕੇ ਮੱਥਾ ਟੇਕਿਆ, ਮਹਾਰਾਜ ਕਹਿੰਦੇ ਦੱਸੋ। ਕਹਿੰਦੀ ਮਹਾਰਾਜ ਮੇਰੀ ਝੋਲੀ ਖਾਲੀ ਆ, ਕਿਰਪਾ ਕਰੋ, ਦਾਤ ਬਖਸ਼ੋ, ਇੱਕ ਪੱਥਰ ਦੀ ਦਾਤ ਬਖਸ਼ ਦਿਓ। ਕਹਿਣ ਲੱਗੇ ਸੋਚ ਕੇ ਅਤੇ ਕਹਿੰਦੇ ਤੇਰੇ ਕਰਮਾਂ 'ਚ ਦਾਤ ਹੈ ਨਹੀਂ ਪੁੱਤਰ ਦੀ। ਉਹ ਆ ਗਈ, ਲੋਕ ਹੱਸਦੇ ਜਾਂਦੇ ਆ ਦਰਬਾਰ 'ਚੋਂ, ਇਹ ਅੱਖਾਂ ਭਰੀਆਂ ਹੋਈਆਂ ਹੰਝੂ ਡਿੱਗਦੇ ਆ, ਚਿਹਰਾ ਮੁਰਝਾਇਆ, ਮੂੰਹ ਸੁੱਕਾ ਹੋਇਆ, ਬੁੱਲ ਸੁੱਕੇ ਹੋਏ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਫੇਰ ਮਿਲ ਪਏ ਅਤੇ ਕਹਿੰਦੇ ਬੀਬੀ ਤੂੰ ਗਈ ਸੀ ਮਹਾਰਾਜ ਕੋਲ? ਕਹਿੰਦੇ ਹਾਂਜੀ ਗਈ ਸੀਗੀ। ਫਿਰ ਮਹਾਰਾਜ ਨੇ ਕੀ ਆਖਿਆ?
ਕਹਿੰਦੇ ਜੀ ਜੋ ਕੁਛ ਬਾਕੀਦਿਆਂ ਨੇ ਆਖਿਆ ਉਹੀ ਮਹਾਰਾਜ ਨੇ ਕਿਹਾ ਭਈ ਤੇਰੇ ਕਰਮਾਂ 'ਚ ਪੁੱਤਰ ਦੀ ਦਾਤ ਹੈ ਨਹੀਂ। ਭਾਈ ਸਾਹਿਬ ਜੀ ਬੜੇ ਸਿਆਣੇ ਸੀਗੇ, ਉਹਨੇ ਆਖਿਆ ਲੈ ਮੈਂ ਤੈਨੂੰ ਦੱਸਦਾ ਜਗਤੀ, ਤੂੰ ਮਹਾਰਾਜ ਕੋਲ ਜਾਈ ਫਿਰ, ਜੇ ਉਹ ਕਹਿਣਗੇ ਨਾ ਕਰਮਾਂ 'ਚ ਤੇਰੇ 'ਚ ਲਿਖਿਆ ਨਹੀਂ ਹੈਗਾ, ਅਤੇ ਤੂੰ ਕਹੀ ਮਹਾਰਾਜ ਜੇ ਪਹਿਲਾਂ ਤੁਸੀਂ ਨਹੀਂ ਲਿਖਿਆ ਹੁਣ ਲਿਖ ਦਿਓ, ਜੇ ਪਹਿਲਾਂ ਤੁਸੀਂ ਲਿਖਿਆ ਨਹੀਂ ਹੁਣ ਲਿਖ ਦਿਓ। ਅਤੇ ਭਾਈ ਸਾਹਿਬ ਨੇ ਕਲਮ ਦੁਆਤ ਨਾਲ ਦੇ ਦਿੱਤੀ, ਉਹ ਬਾਣੀ ਲਿਖਦੇ ਰਹਿੰਦੇ ਸੀ ਹਮੇਸ਼ਾ ਹੀ, ਜਿਹੜੀ ਵੀ ਕੋਈ ਬਾਣੀ ਲੱਭੇ ਜਾਂ ਮਹਾਰਾਜ ਕਹਿਣ ਉਹ ਬਾਣੀ ਲਿਖੀ ਜਾਂਦੇ ਸੀ ਨਾਲੋ ਨਾਲ। ਇਹ ਜਿਹੜੀ ਮਹਾਰਾਜ ਦੀ ਬੀੜ ਆ ਇਹ ਵੀ ਭਾਈ ਸਾਹਿਬ ਨੇ ਲਿਖੀ ਆ ਗੁਰੂ ਅਰਜਨ ਸਾਹਿਬ ਦੇ ਕਹਿਣ 'ਤੇ। ਅਤੇ ਕਹਿੰਦੇ ਆ ਲੈ ਕਲਮ ਦੁਆਤ ਨਾਲ ਲੈ ਜੀ। ਅਤੇ ਛੇਵੀਂ ਪਾਤਸ਼ਾਹੀ ਸਿੱਖਾਂ ਦੇ ਨਾਲ ਬਾਹਰ ਜੰਗਲ 'ਚ ਚੱਲੇ ਸੀਗੇ ਜੀਵਾਂ ਦਾ ਆਧਾਰ ਕਰਨ ਲਈ, ਸ਼ਿਕਾਰ ਖੇਡਣ ਵਾਸਤੇ ਉਹਨੇ ਰਕਾਬਾਂ ਫੜ ਲਈਆਂ, ਚਰਨਾਂ 'ਤੇ ਹੱਥ ਰੱਖੇ, ਮੱਥਾ ਰੱਖਿਆ ਚਰਨਾਂ 'ਤੇ, ਕਹਿਣ ਲੱਗੀ ਅਤੇ ਮਹਾਰਾਜ ਕਹਿੰਦੇ ਕੀ ਤੈਨੂੰ ਚਾਹੀਦਾ ਬੀਬੀ ਦੱਸ। ਕਹਿੰਦੀ ਮਹਾਰਾਜ ਕਿਰਪਾ ਕਰਕੇ ਇੱਕ ਬੱਚੇ ਦੀ ਦਾਤ ਬਖਸ਼ੋ, ਇੱਕ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਬੀਬੀ ਵੀ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਤੇਰੇ ਕਰਮਾਂ 'ਚ ਹੈ ਨਹੀਂ। ਕਹਿੰਦੀ ਮਹਾਰਾਜ ਭਈ ਜੇ ਤੁਸੀਂ ਪਹਿਲਾਂ ਲਿਖਣਾ ਭੁੱਲ ਗਏ ਸੀ ਨਹੀਂ ਲਿਖੋਇਆ ਤਾਂ ਹੁਣ ਲਿਖ ਦਿਓ ਅਤੇ ਜੁਗਤੀ ਨਾਲ ਮੁਕਤੀ ਹੁੰਦੀ ਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੈਂ ਤਾਂ ਸ਼ਿਕਾਰ ਖੇਡਣ ਚੱਲਿਆ, ਇੱਥੇ ਮੇਰੇ ਕੋਲ ਕੋਈ ਸਿਆਹੀ ਆ, ਇੱਥੇ ਮੇਰੇ ਕੋਲ ਕੋਈ ਕਲਮ ਦੁਆਤ ਹੈ। ਮਾਤਾ ਸੁਲੱਖਣੀ ਕਹਿੰਦੀ ਆ ਲਓ ਕਲਮ ਦੁਆਤ 'ਤੇ ਲਿਖ ਦਿਓ। ਜਦੋਂ ਕਿਰਪਾ ਹੋਣ ਲੱਗਦੀ ਆ ਪਤਾ ਨਹੀਂ ਲੱਗਦਾ, ਜਦ ਸਿਆਹੀ ਨਾਲ ਲਿਖਣ ਲੱਗੇ ਕਾਗਜ਼ ਵੀ ਦੇ ਦਿੱਤਾ, ਪੇਪਰ ਦੇ ਦਿੱਤਾ, ਕਲਮ ਦੁਆਤ ਦੇ ਦਿੱਤੀ, ਘੋੜੇ ਨੇ ਬੜਾ ਉੱਦਮ ਕੀਤਾ ਵੀ ਹੁਣ ਮੈਂ ਵੀ ਕੁਛ ਕਰ ਲਵਾਂ। ਜਦ ਲਿਖਣ ਲੱਗੇ ਨਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਹਨੇ ਆਪਣਾ ਪੌੜ ਹਿਲਾ ਦਿੱਤਾ, ਏਕਾ ਲਿਖਣਾ ਸੀਗਾ ਇੱਕ, ਉਹ ਸਾਦਾ ਪੈ ਗਿਆ। ਮਹਾਰਾਜ ਕਹਿੰਦੇ ਵੀ ਬੀਬੀ ਸੁਲੱਖਣੀ ਵੀ ਮੈਂ ਇੱਕ ਪੁੱਤਰ ਲਿਖਣਾ ਸੀ ਤੇਰੇ ਕਰਮਾਂ 'ਚ, ਇਹ ਸੱਤ ਲਿਖ ਦਿੱਤੇ ਆ, ਸੱਤ ਲਿਖੇ ਗਏ ਆ, ਘੋੜੇ ਨੇ ਪੌੜ ਹਿਲਾ ਦਿੱਤਾ। ਕਹਿੰਦੀ ਮਹਾਰਾਜ ਵੀ ਕੀ ਹੁਕਮ ਹੈ? ਕਹਿੰਦੇ ਫਿਰ ਤੂੰ ਇੱਕ ਰੱਖ ਲਈ, ਬਾਕੀ ਗੁਰੂ ਘਰ ਨੂੰ ਦੇ ਦੀ ਸੇਵਾ 'ਚ। ਕਹਿੰਦੀ ਮਹਾਰਾਜ ਵੀ ਇਹ ਤੁਸੀਂ ਮੇਰੇ ਕੋਲ ਗਿਣਾ ਲਓ, ਸਾਰੇ ਆਪੋ ਆਪਣੇ ਕੰਮਾਂ 'ਤੇ ਪਹਿਲਾਂ ਹੀ ਲੱਗੇ ਹੋਏ ਆ। ਉਹਨੇ ਸਾਰਾ ਗਿਣਾ ਦਿੱਤੇ, ਸੱਤ ਮੇਰਾ ਪੁੱਤਰ ਪੁਲਿਸ ਵਿੱਚ ਹੋਵੇਗਾ, ਮੇਰਾ ਪੁੱਤਰ ਲੰਬੜਦਾਰ ਬਣੇਗਾ, ਮੇਰਾ ਪੁੱਤਰ ਚੌਂਕੀਦਾਰ ਬਣੇਗਾ, ਮੇਰਾ ਪੁੱਤਰ ਕਈ ਸਾਰੇ ਉਹਨੇ ਸੱਤੇ ਦੇ ਸੱਤੇ ਗਿਣਾ ਦਿੱਤੇ, ਕੋਈ ਨਹੀਂ ਪੁੱਤਰ ਹੈਗਾ। ਸੋ ਇਸ ਕਰਕੇ ਗੁਰੂ ਘਰ ਨੂੰ ਬਰਕਤਾਂ, ਪਰ ਨੀਵੇਂ ਹੋ ਕੇ ਆਈਏ
ਗੁਰੂ ਸਾਹਿਬ ਨੇ ਇੱਕ ਬਚਨ ਲਿਖ ਦਿੱਤਾ, ਧਰਤ ਰਾਜੀਵ ਤੋਲੀਏ ਨਿਵੇ ਸੋ ਗੌਰਾ ਹੋਏ। ਤੱਕੜੀ ਦੇ ਦੋ ਸ਼ਾਬੇ ਆ, ਉਹਨੂੰ ਤੋਲੀਏ ਇੱਦਾਂ ਇੱਦਾਂ ਤੱਕੜੀਆਂ ਹੁੰਦੀਆਂ ਸੀ ਪਹਿਲਾਂ, ਡੰਡੀ ਹੁੰਦੀ ਸੀ, ਇੱਕ ਸ਼ਾਬਾ ਉੱਧਰ ਹੁੰਦਾ ਸੀ ਇੱਕ ਉੱਧਰ, ਫਿਰ ਉਹਨੂੰ ਤੋਲਿਆ ਜਾਂਦਾ ਸੀ। ਗੁਰੂ ਸਾਹਿਬ ਨੇ ਆਸਾ ਦੀ ਵਾਰ 'ਚ ਲਿਖ ਦਿੱਤਾ, ਭਾਰਤ ਰਾਜੀਵ ਤੋਲੀਏ ਨਿਵੇ ਸੋ ਗੌਰਾ ਹੋਏ। ਤੱਕੜੀ 'ਚ ਜਿਹੜਾ ਤੱਕੜੀ ਦਾ ਸ਼ਾਬਾ ਜਿਹੜਾ ਨੀਵਾਂ ਹੁੰਦਾ ਉਹਦੇ 'ਚ ਜ਼ਿਆਦਾ ਵਸਤੂ ਹੁੰਦੀ ਹੈ, ਉਹਨੂੰ ਬਖਸ਼ਿਸ਼ ਹੋਈ ਗੁਰੂ ਘਰ ਵੱਲੋਂ। ਸੋ ਪਿਆਰੀ ਸਾਧ ਸੰਗਤ, ਗੁਰੂ ਨਾਨਕ ਸਾਹਿਬ ਕਹਿੰਦੇ ਆ ਨਿਵੇ ਸੋ ਗੌਰਾ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਪਰਉਪਕਾਰੀ ਸੀਗੇ। ਇੱਕ ਵਾਰ ਦੀ ਗੱਲ ਹੈ, ਕਾਜੀ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਸਿੱਖ ਆਣ ਕੇ ਮੱਥਾ ਟੇਕਦੇ ਆ ਤੁਹਾਡੇ ਚਰਨਾਂ 'ਤੇ, ਇਹਨਾਂ ਨੂੰ ਕੀ ਮਿਲਦਾ? ਉਹਨੇ ਆਖਿਆ, ਮਹਾਰਾਜ ਬੜੇ ਸਿਆਣੇ ਸੀਗੇ, ਉਹਨਾਂ ਨੇ ਆਖਿਆ ਜੇ ਇਹਨੂੰ ਅਸੀਂ ਕੋਈ ਗੱਲ ਦੱਸੀ ਨਾ ਇਹਨੇ ਮੰਨਣਾ ਨਹੀਂ, ਜੇ ਕੁਛ ਵੀ ਆਖਿਆ ਇਹਨੇ ਮੰਨਣਾ ਨਹੀਂ। ਮਹਾਰਾਜ ਦੇ ਕੋਲ ਮੋਹਰ ਪਈ ਸੀ ਸਿਰਾਣੇ, ਮੋਹਰ ਜਿਹੜੀ ਹੁੰਦੀ ਹੈ ਸਟੈਂਪ, ਤੁਸੀਂ ਸਟੈਂਪ ਕਹਿੰਦੇ ਹਾਂ, ਅਤੇ ਮਹਾਰਾਜ ਕਹਿੰਦੇ ਇਹ ਕਾਜੀ ਜੀ ਇਹਦੇ ਅੱਖਰ ਪੜ੍ਹੋ। ਕਹਿੰਦਾ ਜੀ ਇਹਦੇ ਅੱਖਰ ਪੜ੍ਹੇ ਨਹੀਂ ਜਾਣੇ, ਇਹ ਅੱਖਰ ਪੁੱਠੇ ਆ। ਕਾਜੀ ਕਹਿੰਦਾ, ਮਹਾਰਾਜ ਨੇ ਆਪਣੇ ਸਿਰਾਣੇ ਥੱਲਿਓਂ ਕਾਗਜ਼ ਕੱਢਿਆ ਅਤੇ ਇੱਦਾਂ ਲਾ ਦਿੱਤੀ, ਕਹਿੰਦੇ ਹੁਣ ਪੜ੍ਹੋ। ਕਹਿੰਦੇ ਜੀ ਇਹ ਲਿਖਿਆ ਹਜ਼ੂਰ ਦਾ ਪਵਿੱਤਰ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦੇ ਇੱਦਾਂ ਹੀ ਸਿੱਖ ਜਿਹੜਾ ਮੱਥਾ ਟੇਕਦਾ ਆਣ ਕੇ ਉਹਦੀਆਂ ਤਕਦੀਰਾਂ ਬਦਲ ਜਾਂਦੀਆਂ, ਜਿਹੜੀ ਨਹੀਂ ਵੀ ਕਰਮਾਂ 'ਚ ਚੀਜ਼ ਉਹਦੀ ਵੀ ਪ੍ਰਾਪਤ ਹੋ ਜਾਂਦੀ ਹੈ, ਉਹਦੇ ਮੱਥੇ ਦੇ ਅੱਖਰ ਸਿੱਧੇ ਹੋ ਜਾਂਦੇ ਆ। ਆਖਿਆ ਸੋ ਇਸ ਕਰਕੇ ਪਿਆਰੀ ਸਾਹਿਬ ਸੰਗਤ, ਗਿਆਨੀ ਜੀ ਦੇ ਜਥੇ ਨੇ ਬੜੇ ਪਿਆਰ ਨਾਲ ਪਾਠ ਕੀਤਾ ਅਤੇ ਪਰਿਵਾਰ ਨੇ ਪਾਠ ਕਰਵਾਇਆ। ਲਿਸਟ ਜਿੱਥੇ ਉਹਨਾਂ ਨੇ ਹੋਰ ਕੀ ਪਾਠ ਦੀ ਸੇਵਾ ਕੀਤੀ ਆ, ਉੱਥੇ ਲਿਸਟਰ ਦੇ ਵੱਲੋਂ ਵੀ, ਲਿਸਟਰ ਵਾਲਿਆਂ ਵੱਲੋਂ ਵੀ ਸਾਰੀ ਸੇਵਾ ਕੀਤੀ ਗਈ। ਮਨਦੀਪ ਨੂੰ ਮੈਂ ਆਖਿਆ, ਮਨਦੀਪ ਕੋਰੇ ਇਹ ਕੀ ਤੂੰ ਬਣਾਇਆ? ਇਹ ਬੜਾ ਸਵਾਦ ਆ। ਇੱਕ ਵਾਰ ਇਹਨਾਂ ਨੇ, ਵੈਸੇ ਮੈਂ ਖਾਧਾ ਨਹੀਂ ਸੀ, ਇੱਕ ਵਾਰ ਇਹਨਾਂ ਨੇ ਕੁਟੀਆ 'ਚ ਵੀ ਬਣਾਇਆ ਸੀਗਾ। ਇਹ ਕਹਿੰਦੇ ਜੀ ਬਰਿਆਨੀ, ਮੈਂ ਕਿਹਾ ਇਹ ਤਾਂ ਬਰਿਆਨੀ ਨਹੀਂ ਗੀ, ਇਹ ਤਾਂ ਦਰਾਣੀ ਜਠਾਣੀ ਆ। ਕੁਦਰਤੀ ਕੋਈ ਜਾਣ ਕੇ ਨਹੀਂ, ਮੈਂ ਕਿਹਾ ਇਹ ਤਾਂ ਦਰਾਣੀ ਜਠਾਣੀ ਆ। ਕਹਿੰਦੀ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਇੱਕ ਬੇਨਤੀ ਕਰਾਂ, ਮੈਂ ਜਦੋਂ ਦੀ ਅਮਨ ਗੁਜ਼ਰੀ ਆ ਮੈਂ ਕਦੀ ਚੀਜ਼ ਇਹ ਬਣਾਈ ਨਹੀਂ ਗੀ, ਪਰ ਮੈਂ ਹੁਣ ਵੀ ਮੇਰੇ ਨਾਲ ਹੀ ਆ, ਉਹ ਪਿਆਰ ਸਤਿਕਾਰ ਹੁਣ ਵੀ ਮੇਰੇ ਨਾਲ ਹੀ ਆ ਜਦ ਮੈਂ ਬਣਾਈ ਸੀ ਇਹ। ਤੁਸੀਂ ਠੀਕ ਆਖਿਆ। ਚਲੋ ਮੈਂ ਬਹੁਤਾ ਕੁਛ ਨਾ ਆਖਾਂ, ਗਿਆਨੀ ਜੀ ਹੁਣਾਂ ਨੂੰ ਬੇਨਤੀ ਆ, ਗਿਆਨੀ ਜੀ ਪਵਿੱਤਰ ਹੁਕਮਨਾਮਾ ਜੋ ਪਰਿਵਾਰ ਲਈ ਆਇਆ, ਸਾਰੇ ਸੰਸਾਰ ਲਈ ਆਇਆ,
ਪਿਤਾ ਕਾਲੂ ਸਾਹਿਬ ਦੀਆਂ ਸਮੂਹ ਸੰਗਤਾਂ ਵਾਸਤੇ ਦਿੱਤਾ। ਦਸਾਂ ਪਾਤਸ਼ਾਹੀ ਦੇ ਆਤਮਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਰਾਜ ਨੇ, ਅਤੇ ਤੁਸੀਂ ਉਹਦੀ ਕਥਾ ਵਿਚਾਰ ਜਿਹੜੀ ਆ ਉਹ 5-7 ਮਿੰਟ ਜਿਹੜੀ ਆ ਉਹ ਜ਼ਰੂਰ ਸਰਵਣ ਕਰੋ। ਗਿਆਨੀ ਗੁਰਦੇਵ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ।